ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਸੋ ਪਿਆਰੇ ਵਿਦਿਆਰਥੀਓ ਬੀਏ ਸੈਕੰਡ ਸੈਮੈਸਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਪੋਰਟੈਂਟ ਟਾਪਿਕ ਨੇ ਜਾਂ ਕੁਐਸਚਨਸ ਕਹ ਲੋ ਇਹਨਾਂ ਨੂੰ ਇਹ ਟਾਪਿਕ ਹੀ ਪ੍ਰਸ਼ਨ ਨੇ ਤੇ ਇਹਨਾਂ ਨੂੰ ਤੁਸੀਂ ਜ਼ਰੂਰ ਪੜ੍ਹ ਕੇ ਜਾਣਾ ਵੈ ਡੈਫੀਨਿਟਲੀ ਐਗਜ਼ਾਮ ਦੇ ਵਿੱਚ ਆ ਇਹ ਆ ਸਕਦੇ ਨੇ ਤੇ ਜ਼ਰੂਰ ਇਹਨਾਂ ਨੂੰ ਪੜ੍ਹਨਾ ਵੈ ਸੋ ਆਓ ਮੈਂ ਦੇਖਦਾ ਵਾਂ ਉਹ ਵੀ ਵੱਡੇ ਕੁਐਸਚਨ ਜਿਹਾ ਵਾਸਤੇ ਨੇ ਖਾਸ ਤੌਰ ਤੇ ਇਹਦੇ ਨਾਲ ਇੰਟਰੋਡਕਸ਼ਨ ਤੇ ਕਨਕਲੂਜਨ ਜਰੂਰ ਹੋਣਾ ਚਾਹੀਦਾ ਹੈ ਡੈਫੀਨੇਸ਼ਨ ਜਰੂਰ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਤੌਰ ਤੇ ਕਰ ਲਿਓ ਕਿਉਂਕਿ ਕੁਐਸਚਨ ਡਿਫਾਈਨ ਦੇ ਤੌਰ ਤੇ ਆਂਦਾ ਹੈ ਜਿਆਦਾਤਰ ਕੁਐਸਚਨ ਦੇ ਵਿੱਚ ਡੈਫੀਨੇਸ਼ਨ ਮੰਗੀ ਜਾਂਦੀ ਹੈ ਠੀਕ ਹੈ ਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਰਿਲੇਟਡ ਅ ਮੇਰੇ ਅਨੁਸਾਰ ਜਿਹੜੇ ਗੈਸ ਕੁਐਸਚਨ ਜਨੇ ਉਹ ਇਹ ਨੇ ਯੂਨਿਟ 1 ਦੇ ਵਿੱਚ ਦੋ ਚੀਜ਼ਾਂ ਇੰਪੋਰਟੈਂਟ ਨੇ ਪੋਲੀਟੀਕਲ ਕਲਚਰ ਤੇ ਇਟਸ ਕੈਰੈਕਟਿਸਟਿਕਸ ਯਾਨੀ ਰਾਜਨੀਤਿਕ ਸਭਿਆਚਾਰ ਤੇ ਉਹਦੀਆਂ ਵਿਸ਼ੇਸ਼ਤਾਵਾਂ ਤੇ ਦੂਜਾ ਜਿਹੜਾ ਵਾ ਏਜੰਟਸ ਆਫ ਪੋਲੀਟੀਕਲ ਸੋਸ਼ੀਅਲਾਈਜੇਸ਼ਨ ਰਾਜਨੀਤਿਕ ਸਮਾਜਿਕरण ਦੇ ਸਾਧਨ ਦੂਜੇ ਯੂਨਿਟ ਵਿੱਚ ਟਾਈਪਸ ਆਫ ਰਾਈਟਸ ਯਾਨੀ ਕਿ ਅਧਿਕਾਰਾਂ ਦੀਆਂ ਕਿਸਮਾਂ ਉੱਤਰ ਰਾਈਟਸ ਐਂਡ ਡਿਊਟੀਆਂ ਟਾਪਿਕ ਹੈਗਾ ਉੱਥੇ ਅਧਿਕਾਰ ਆਰ ਜ਼ਿਆਦਾ ਇੰਪੋਰਟੈਂਟ ਨੇ ਡਿਊਟੀਆਂ ਨਾਲੋਂ ਟਾਈਪਸ ਆਫ ਰਾਈਟਸ ਬਹੁਤ ਇੰਪੋਰਟੈਂਟ ਹੈ ਨਾਲ ਹੀ ਇੱਕ ਹੋਰ ਕੁਐਸਚਨ ਪਾਟਾ ਹੈ ਨੇਚਰ ਆਫ ਹਿਊਮਨ ਰਾਈਟਸ ਐਸ ਡਿਕਲੇਅਰਡ ਬਾਈ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਬਾਈ ਯੂਨਾਈਟਿਡ ਨੇਸ਼ਨ ਇਹ ਬਹੁਤ ਇੰਪੋਰਟੈਂਟ ਹੈ ਯੂਨਿਤ ਤੀਜੇ ਵਿੱਚ ਲਿਬਰਟੀ ਇਟਸ ਟਾਈਪ ਯਾਨੀ ਸਤੰਤਰਤਾ ਦੀਆਂ ਕਿਸਮਾਂ ਤੇ ਜਸਟਿਸ ਇਟਸ ਡਾਈਮੈਂਸ਼ਨ ਤੇ ਨਿਆਂ ਤੇ ਉਸ ਦੇ ਵੱਖ-ਵੱਖ ਡਾਈਮੈਂਸ਼ਨ ਜਿਹੜੇ ਪੱਖ ਨੇ ਜਿਹੜੇ ਉਹ ਇੰਪੋਰਟੈਂਟ ਨੇ ਇਸੇ ਤਰ੍ਹਾਂ ਯੂਨਿਟ ਚੌਥੇ ਵਿੱਚ ਟਾਈਪਸ ਆਫ ਡੈਮੋਕ੍ਰੇਸੀ ਲੋਕਤੰਤਰ ਦੀਆਂ ਕਿਸਮਾਂ ਇੰਪੋਰਟੈਂਟ ਹੈ ਤੇ ਨਾਲ ਹੀ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਥਿਉਰੀਜ਼ ਆਫ ਡੈਮੋਕ੍ਰੇਸੀ 엘ੀਟ ਥਿਉਰੀ ਹੈ ਕਿਤੇ ਇੱਕ ਮਾਰਕਸਿਸਟ ਥਿਉਰੀ ਹੈ ਤੇ ਦੋਵੇਂ ਤੁਸੀਂ ਕਰਕੇ ਜਾਓਗੇ ਤੇ ਜ਼ਿਆਦਾ ਵਧੀਆ ਰਹੋਗੇ ਠੀਕ ਹੈ ਓਕੇ ਆਲ द बेस्ट ਪੰਜਾਬ ਵਿੱਚ ਸੀ ਚੰਡੀਗੜ੍ਹ ਸਟੂਡੈਂਟਸ ਸੋ ਡੂ ਯੋਰ ਬੈਸਟ ਛੋਟੇ ਕੁਐਸਚਨਸ ਆਪਣੇ ਹਿਸਾਬ ਨਾਲ ਤੁਸੀਂ ਕਰ ਲੈਣੇ ਆ